ਪਿਆਰੀ ਸਾਧ ਸੰਗਤ ਜੀ ਹੋ 185 ਦਿਨ ਤੋਂ ਡਟੇ ਹੋਏ ਕਿਸਾਨ ਯੋਧੇ ਹੋ। ਆਓ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦਾ ਦਿੱਤਾ ਹੋਇਆ ਨਾਰਾ ਬੰਦ ਕਰੀਏ। ਉੱਚੀ ਆਵਾਜ਼ 'ਚ ਬੋਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਅਤੀ ਸਤਿਕਾਰਯੋਗ ਸਰਦਾਰ ਧਰਮ ਸਿੰਘ ਜੀ ਨੇ ਆਪ ਜੀਆਂ ਨੂੰ MSP ਦੇ ਬਾਰੇ, ਸਵਾਮੀਨਾਥਨ ਦੀ ਰਿਪੋਰਟ ਦੇ ਬਾਰੇ ਸਾਰਾ ਕੁਛ ਦੱਸਣਾ ਕੀਤਾ। ਜੇਕਰ ਆਪਾਂ 40 ਮਿੰਟ ਦੇ ਭਾਸ਼ਣ ਤੋਂ ਜੋ ਕੁਛ ਉਹਨਾਂ ਨੇ ਸਾਨੂੰ ਕਿਹਾ ਦੱਸਿਆ, ਅਜੇ ਵੀ ਇਸ ਗੱਲ ਨੂੰ ਦਿਮਾਗ ਵਿੱਚ ਨਹੀਂ ਬਿਠਾਉਂਦੇ, ਤੇ ਮੈਂ ਸਮਝਣਾ ਕਿ ਇਹਨਾਂ ਬਾਰਡਰਾਂ ਦੇ ਉੱਪਰ ਬੈਠਣ ਦਾ ਵੀ ਫਾਇਦਾ ਨਹੀਂ। ਤੁਸੀਂ ਸਾਰੇ ਸਰੋਤੇ ਬੈਠੇ ਹੋ, ਇੱਕ ਬੜਾ ਵੱਡਾ ਸਕੂਲ ਹੈ ਔਰ ਸਕੂਲ ਦੇ ਵਿੱਚ ਇੱਥੇ ਅਲੱਗ ਅਲੱਗ ਤਰ੍ਹਾਂ ਦੇ ਟੀਚਰ ਇਸ ਮੈਕ ਤੋਂ ਆਪਣੀ ਸਮੇਂ ਸਮੇਂ ਦੇ ਮੁਤਾਬਕ ਗੱਲ ਰੱਖ ਕੇ ਜਾਂਦੇ, ਜਿਸ ਤਰ੍ਹਾਂ ਕਿ ਸਰਦਾਰ ਧਰਮ ਸਿੰਘ ਨੇ ਤੁਹਾਡੇ ਸਾਹਮਣੇ ਡਿਸਪਲੇ ਕੀਤਾ ਸਾਰਾ ਕੁਛ। ਇਹ ਸਾਨੂੰ ਸਮਝਣ ਦੀ ਲੋੜ ਹੈ। ਜਦੋਂ ਵੀ ਅਸੀਂ ਪਿੰਡਾਂ ਦੀਆਂ ਸੱਥਾਂ ਦੇ ਵਿੱਚ ਜਾਂਦੇ ਹਾਂ, ਇਸ ਗੱਲ ਦੀ ਸਾਨੂੰ ਸਮਝ ਹੋਣੀ ਚਾਹੀਦੀ ਹੈ, ਕਿਉਂਕਿ ਅੱਜ ਕੱਲ੍ਹ ਪਿੰਡਾਂ ਦੀਆਂ ਸੱਥਾਂ 'ਚ ਬੈਠੇ ਉਹ ਸਾਡੇ ਬਜ਼ੁਰਗ, ਉਹ ਸਾਡੇ ਨੌਜਵਾਨ ਵੀਰ ਇਹ ਗੱਲ ਜ਼ਰੂਰ ਪੁੱਛਦੇ ਨੇ ਵੀ ਮੋਰਚੇ ਦਾ ਕੀ ਬਣਿਆ ਹੈ। ਮੋਰਚੇ ਦਾ ਭਰਾਵੋ ਬਹੁਤ ਕੁਛ ਬਣਿਆ। ਮੋਰਚਾ 13 ਫਰਵਰੀ ਤੋਂ ਲੈ ਕੇ ਅੱਜ 17 ਅਗਸਤ ਤੱਕ 185 ਦਿਨ ਦੇ ਵਿੱਚ ਸ਼ਾਮਿਲ ਹੋ ਚੁੱਕਿਆ। ਜੇ ਇਸ ਮੋਰਚੇ ਦੀਆਂ ਪ੍ਰਾਪਤੀਆਂ ਗਿਣ ਜਾਈਏ ਤੇ ਇੱਕ ਬੜੀ ਵੱਡੀ ਲੰਬੀ ਲਾਈਨ ਆ। ਮੈਂ ਸੋਚੇ ਵੀ ਜਾਣਾ ਤੁਸੀਂ ਕੱਲ ਲਈ ਪਰਸੋਂ ਜਿਹੜਾ ਉਹ ਕੱਲ ਦਾ ਦਿਨ, ਅੱਜ 16 ਤਰੀਕ ਆ, ਕੱਲ ਤੁਸੀਂ ਆਜ਼ਾਦੀ ਦਿਹਾੜਾ ਪੂਰੇ ਦੇਸ਼ ਦੇ ਵਿੱਚ ਸੋਰੀ ਮਨਾਇਆ ਹੈਗਾ। ਤੁਸੀਂ ਨਹੀਂ ਮਨਾਇਆ ਬਲਕਿ ਉਹਨਾਂ ਲੋਕਾਂ ਨੇ ਮਨਾਇਆ ਜਿਹੜੇ ਲੋਕ ਤਖਤੋ ਤਾਜ ਤੇ ਬੈਠੇ ਹੋਏ ਨੇ। ਉਹ ਲੋਕ ਹਮੇਸ਼ਾ ਇਹ ਗੱਲ ਚਾਹੁੰਦੇ ਨੇ ਕਿ ਪੰਜਾਬ ਦਾ ਕਿਸਾਨ ਕੀ ਪੂਰੇ ਦੇਸ਼ ਦਾ ਕਿਸਾਨ ਔਰ ਕਿਸਾਨ ਦਾ ਬੇਟਾ ਕਿਸੇ ਚੰਗੇ ਸਕੂਲ ਵਿੱਚ ਚੰਗੀ ਵਿੱਦਿਆ ਹਾਸਲ ਕਰਕੇ, ਕੋਈ ਚੰਗੀ ਪੜ੍ਹਾਈ ਕਰਕੇ ਚੰਗਾ ਅਫਸਰ ਨਾ ਬਣ ਜਾਵੇ। ਅੱਜ ਤੁਸੀਂ ਦੇਖ ਲਓ ਪੰਜਾਬ ਦੇ ਹਾਲਾਤ ਜਿਹੜੇ ਬਣੇ ਹੋਏ ਨੇ, ਜਿਹੜੀਆਂ ਪਹਿਲੀਆਂ ਸਰਕਾਰਾਂ ਦੇ ਹਾਕਮਾਂ ਨੇ ਇਹਨਾਂ ਨੂੰ ਬਣਾਇਆ। ਅੱਜ ਸਾਡਾ ਬੱਚਾ ਕੋਈ ਵੀ ਉਸ ਪੋਸਟ ਤੇ ਨਹੀਂ ਬੈਠਾ ਹੋਇਆ, ਭਾਵੇਂ ਡਿਪਟੀ ਕਮਿਸ਼ਨਰ ਦੀ ਪੋਸਟ ਹੋਵੇ, ਭਾਵੇਂ SSP ਦੀ ਪੋਸਟ ਹੋਵੇ ਤੇ ਭਾਵੇਂ ਹੋਰ ਗ੍ਰੈਜੂਏਟ ਪੋਸਟਾਂ ਹੋਣ, ਉਹਨਾਂ ਦੇ ਉੱਪਰ ਸਾਡਾ ਇੱਕ ਵੀ ਬੱਚਾ ਨਹੀਂ। ਅਸੀਂ ਮੋਗੇ ਦੀ ਗੱਲ ਕਰੀਏ, ਫਿਰੋਜ਼ਪੁਰ ਦੀ ਗੱਲ ਕਰੀਏ, ਗੁਰਦਾਸਪੁਰ, ਬਾਕੀ ਦੇ ਅਦਰ ਜਿੰਨੇ ਵੀ ਜ਼ਿਲ੍ਹੇ ਨੇ ਪੰਜਾਬ ਦੇ ਵਿੱਚ, ਜੇਕਰ ਆਪਾਂ ਉਹਨਾਂ ਦੀ ਗੱਲ ਕਰੀਏ ਤੇ ਉੱਥੇ ਜਿੰਨੇ ITS IAS ਅਫਸਰ ਲੱਗੇ ਨੇ ਉਹ ਸਾਰੇ ਹੋਰ ਸਟੇਟਾਂ ਦੇ ਨੇ, ਚਾਹੇ ਉਹ ਹਿਮਾਚਲ ਦਾ, ਉਹ ਤਾਮਿਲਨਾਡੂ ਦਾ, ਉਹ ਕੇਰਲਾ ਦਾ, ਹੋਰ ਬਾਕੀ ਸਟੇਟਾਂ ਦੇ ਆਣ ਕੇ ਲੱਗੇ ਹੋਏ ਨੇ, ਜਿਹਨਾਂ ਨੇ ਕਿ ਈਵਨ ਇੱਥੋਂ ਤੱਕ ਕਿ ਉਹਨਾਂ ਨੂੰ ਪੰਜਾਬੀ ਸਮਝ ਨਹੀਂ ਆਉਂਦੀ। ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਪਿਛਲੇ ਸਮੇਂ ਦੌਰਾਨ ਉਹਨਾਂ ਨਾਮ ਕੇਰਲ ਚੇਲੀਅਨ, ਉਹ ਤਾਮਿਲਨਾਡੂ ਦਾ ਸੀ, ਸੋਰੀ ਮਹਾਰਾਸ਼ਟਰ ਦਾ, ਕੇਰਲ ਚੇਲੀਅਨ ਦਾ ਨਾਮ ਸੀਗਾ।
ਔਰ ਜਦੋਂ ਵੀ ਉਹਦੇ ਕੋਲ ਕਿਸੇ ਕੰਮ ਵਾਸਤੇ ਸਾਡੇ ਵਰਕਰ ਸਾਹਿਬਾਨ ਜਾਂ ਕਿਸੇ ਆਗੂ ਸਾਹਿਬਾਨ ਕਿਸੇ ਵੀ ਜਥੇਬੰਦੀ ਦੇ ਚਾਰਾਂ ਦੇ ਕੋਲੋਂ ਕਿੰਨਾ ਕਿੰਨਾ ਚਿਰ ਸਮਝ ਨਹੀਂ ਸੀ ਲੱਗਦੀ ਹੁੰਦੀ ਵੀ ਇਹ ਪੰਜਾਬੀ ਭਾਈਚਾਰਾ ਬੋਲਦਾ ਕੀ ਹੈਗਾ। ਉਹ ਸਾਡੇ ਪੰਜਾਬ ਦੀ ਮੈਂ ਸਮਝਣਾ ਦਾ ਬਹੁਤ ਖੁਸ਼ਮੰਦੀ ਹੈ ਕਿ ਜਿਹੜੇ ਸਾਡੇ ਧੀਆਂ ਪੁੱਤਰ ਗ੍ਰੈਜੂਏਸ਼ਨ ਸੀ ਚੰਗੇ ਪੜ੍ਹੇ ਸੀ ਜੋ ਸਰਕਾਰ ਦੀਆਂ ਪੋਲਸੀਆਂ ਸੀਗੀਆਂ ਉਸ ਪੋਲਸੀ ਦੇ ਮੁਤਾਬਕ ਉਹਨਾਂ ਨੂੰ ਫੇਰ ਜਿਹੜਾ ਕਰ ਦਿੱਤਾ ਜਵਾਨ ਨੂੰ ਦਿੱਤਾ ਗਿਆ ਚਾਹੇ ਸਾਡਾ ਇੱਕੋ ਇੱਕ ਪੁੱਤ ਜਿਹੜਾ ਸੀ ਭਾਵੇਂ ਧੀ ਸੀ ਉਹ ਯੂਰਪ ਵਿੱਚ ਜਾ ਕੇ ਬੈਠੇ ਹੋਏ ਨੇ ਚਾਹੇ ਕੈਨੇਡਾ ਦੀ ਗੱਲ ਹੋਵੇ ਅਮੈਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਦੀ ਗੱਲ ਹੋਵੇ ਅੱਜ ਇੱਕ ਇੱਕ ਪੁੱਤ ਵੀ ਜਿਹੜਾ ਉਹ ਬਾਹਰ ਦੀ ਧਰਤੀ ਤੇ ਜਾ ਕੇ ਬੈਠਾ ਹੋਇਆ ਔਰ ਜਿਹੜੇ ਕੋਲ ਦੁਆਬੇ ਦੀ ਧਰਤੀ ਤੇ ਲੱਗਿਆ ਕਰਦੇ ਸੀ ਅੱਜ ਤੋਂ 30 ਸਾਲ ਪਹਿਲਾਂ ਕਿ ਇਹ ਸੜਕ ਦੇ ਉੱਪਰ ਲੱਗਾ ਬੋਰਡ ਦਰਸਾਉਂਦਾ ਸੀ ਵੀ ਇਸ ਇਲਾਕੇ ਦੇ ਵਿੱਚ 10 ਕਿੱਲੇ 20 ਏਕੜ ਜਾਂ ਪਲਾਟ ਬਤਾਉਣੇ ਅੱਜ ਉਹ ਬੋਰਡ ਮਾਲਵੇ ਦੀ ਧਰਤੀ ਤੇ ਮਾਝੇ ਦੀ ਧਰਤੀ ਤੇ ਵੀ ਲੱਗਣੇ ਸ਼ੁਰੂ ਹੋ ਗਏ ਨੇ। ਇੱਥੇ ਗ੍ਰਾਹ ਦਿਸਦਾ ਕਿ ਸਭ ਤੋਂ ਵੱਡਾ ਗ੍ਰਾਹ ਸਾਡੇ ਦੇਸ਼ ਦੇ ਹੱਕਮਰਾਨਾਂ ਦਾ ਹੈਗਾ। ਤੁਸੀਂ ਦੇਖਿਆ ਕਿ ਪਿਛਲੇ ਸਮੇਂ ਦੌਰਾਨ 21 ਫਰਵਰੀ ਨੂੰ ਸਾਡੀ ਅਕਾਲੀ ਹੀ ਮਾਂ ਦਾ ਪੁੱਤ ਕਲੌਰੀ ਬਾਰਡਰ ਤੇ ਜਦੋਂ ਸ਼ੁਭ ਕਰਨ ਪੱਲੋਂ ਖੇਡ ਜ਼ਿਲ੍ਹਾ ਬਠਿੰਡਾ ਦਾ ਸ਼ਹੀਦ ਹੁੰਦਾ ਉਹਦੇ ਪਿਛਲੇ ਪਾਸਿਓਂ ਇੱਕ ਫੌਜੀ ਹਾਕਮ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਤੇ ਉਹਦਾ ਇਨਸਾਫ ਲੈਣ ਵਾਸਤੇ ਸਾਰੀਆਂ ਜਥੇਬੰਦੀਆਂ ਜੋ ਬਾਰਡਰ ਤੇ ਲੜ ਰਹੀਆਂ ਨੇ ਉਹਨਾਂ ਨੂੰ ਇੱਕ ਹੋ ਕੇ ਭਾਵੇਂ ਪਟਿਆਲੇ ਦੇ ਉਸ ਰਜਿੰਦਰਾ ਹਸਪਤਾਲ ਨੂੰ ਬੈਠਣਾ ਪਿਆ ਪਰ ਸਰਕਾਰ ਨੇ ਬਿਲਕੁਲ 8-9 ਦਿਨਾਂ ਬਾਅਦ ਇਹ ਫੈਸਲਾ ਕੀਤਾ ਕਿ ਅਸੀਂ 0 FIR ਕਰਦੇ ਹਾਂ। ਇਹ ਸਾਡੇ ਪੰਜਾਬ ਦੇ ਹਾਲਾਤ ਨੇ। ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਮੰਚ ਤੋਂ ਪੁੱਛਣਾ ਚਾਹੁੰਦਾ ਕਿ ਜਦੋਂ 6 ਫਰਵਰੀ ਤੋਂ ਲੈ ਕੇ ਇੱਥੇ ਦੁਬਾਰਾ ਹੋ ਰਹੀਆਂ ਸੀ ਵੱਡੇ ਵੱਡੇ ਸ਼ਰੀਏ ਇੱਥੋਂ ਕਰਕੇ ਫਿੱਟ ਕੀਤੇ ਜਾ ਰਹੇ ਸੀ ਔਰ ਅਰਥ ਫੋਰਸ ਸੈਂਟਰ ਜਿਹੜੀ ਹੈ ਇੱਥੇ ਬਿਠਾਈ ਜਾ ਰਹੀ ਸੀ ਪ੍ਰਸ਼ਾਸਨ ਹਰਿਆਣਾ ਦੀ ਤੇ ਉਸ ਟਾਈਮ ਤੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਜਦੋਂ ਮੀਟਿੰਗਾਂ ਸ਼ੁਰੂ ਹੋਈਆਂ 15 ਫਰਵਰੀ ਦੀ ਮੀਟਿੰਗ ਹੋਈ